press the bell icon on the YouTube app and never miss another update. ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫੇਰ ਤੋਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਅਮਰਿੰਦਰ ਗਿੱਲ ਦੀ ਜ਼ਿੰਦਗੀ ਬਾਰੇ ਅਤੇ ਉਹਨਾਂ ਦਾ ਸਫ਼ਰ ਕਿੱਦਾਂ ਦਾ ਰਿਹਾ ਅਤੇ ਉਹਨਾਂ ਦੀ ਜ਼ਿੰਦਗੀ ਦੇ ਉਤਾਰ ਚੜਾਅ ਬਾਰੇ ਗੱਲ ਕਰਾਂਗੇ ਅੱਜ ਅਸੀਂ ਦੋਸਤੋ ਅਮਰਿੰਦਰ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਬੂੜ ਚੰਦ ਵਿਖੇ ਹੋਇਆ ਜੋ ਕਿ ਅੰਮ੍ਰਿਤਸਰ ਦੇ ਲਾਗੇ ਪੈਂਦਾ ਹੈ ਦੋਸਤੋ ਅਮਰਿੰਦਰ ਨੂੰ ਬਚਪਨ ਤੋਂ ਹੀ ਲਿਖਣ ਗਾਉਣ ਐਕਟਿੰਗ ਦਾ ਅਤੇ ਭੰਗੜਾ ਪਾਉਣ ਦਾ ਸ਼ੌਂਕ ਸੀ ਜੇ ਮੈਂ ਇਹ ਕਹਾਂ ਤਾਂ ਇਹ ਤਾਂ ਸਰਾਸਰ ਗਲਤ ਹੋਏਗਾ ਕਿਉਂਕਿ ਇੱਦਾਂ ਦੀ ਕੋਈ ਗੱਲ ਨਹੀਂ ਸੀ ਅਮਰਿੰਦਰ ਨੇ ਭੰਗੜਾ ਪਾਉਣਾ ਆਪਣੇ ਖਾਲਸਾ ਕਾਲਜ ਵਿੱਚ ਸ਼ੁਰੂ ਕੀਤਾ ਸੀ ਅਤੇ ਉਸ ਟਾਈਮ ਉਹਨਾਂ ਨੇ ਕਈ ਯੂਥ ਫੈਸਟੀਵਲ ਵਿੱਚ ਵੀ ਪਾਰਟੀਸਪੇਟ ਕੀਤਾ ਸੀ ਤੁਸੀਂ ਉਹਨਾਂ ਦੀ ਫਿਲਮ ਅਸ਼ਕੇ ਵਿੱਚ ਦੇਖਿਆ ਹੀ ਹੋਣਾ ਉਹਨਾਂ ਦੀ ਅਸਲ ਜ਼ਿੰਦਗੀ ਤੋਂ ਹੀ ਪ੍ਰੇਰਿਤ ਸੀ ਦੋਸਤੋ ਅਮਰਿੰਦਰ ਕਾਲਜ ਟਾਈਮ ਸਰਬਜੀਤ ਚੀਮਾ ਦੇ ਨਾਲ ਵੀ ਐਜ਼ ਅ ਸਪੋਰਟਿੰਗ ਕਲਾਕਾਰ ਭੰਗੜਾ ਪਾਉਂਦੇ ਰਹੇ ਦੋਸਤੋ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅਮਰਿੰਦਰ ਗਿੱਲ ਨੂੰ ਫਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਨੌਕਰੀ ਮਿਲ ਗਈ ਤੇ ਇਸੇ ਦੌਰਾਨ ਅਮਰਿੰਦਰ ਨੂੰ ਜਲੰਧਰ ਦੂਰਦਰਸ਼ਨ ਦੇ ਕਾਲਾ ਡੋਰੀਆ ਪ੍ਰੋਗਰਾਮ ਦੇ ਵਿੱਚ ਗਾਉਣ ਦਾ ਮੌਕਾ ਮਿਲਿਆ ਜਿਸ ਨੂੰ ਉਹਨਾਂ ਦੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਦੋਸਤੋ ਇਸ ਤੋਂ ਬਾਅਦ ਅਮਰਿੰਦਰ ਨੇ ਆਪਣੀ ਪਹਿਲੀ ਐਲਬਮ ਆਪਣੀ ਜਾਣ ਕੇ ਰਿਕਾਰਡ ਕਰਵਾਈ ਜੋ ਕਿ ਸੰਨ 2000 ਦੇ ਵਿੱਚ ਰਿਲੀਜ਼ ਹੋਈ ਪਰ ਅਮਰਿੰਦਰ ਨੂੰ ਅਸਲੀ ਪਛਾਣ ਉਹਨਾਂ ਦੀ ਐਲਬਮ ਪੈਗਾਮ ਤੋਂ ਮਿਲੀ ਜਿਸ ਦੇ ਲਗਭਗ ਸਾਰੇ ਹੀ ਗਾਣੇ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲੇ ਬਸ ਫੇਰ ਕੀ ਸੀ ਇਸ ਤੋਂ ਬਾਅਦ ਅਮਰਿੰਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੁਸੀਂ ਅਮਰਿੰਦਰ ਦਾ ਗਾਣਾ ਦਿਲਦਾਰੀਆਂ ਤੋਂ ਸੁਣਿਆ ਹੀ ਹੋਣਾ ਇਸ ਗਾਣੇ ਦੀ ਵੀਡੀਓ ਤੇ ਮਿਊਜ਼ਿਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟ੍ਰੈਂਡ ਹੀ ਚੇਂਜ ਕਰਕੇ ਰੱਖ ਦਿੱਤਾ ਇਹ ਅਮਰਿੰਦਰ ਤੇ ਸੁਖਜਿੰਦਰ ਸ਼ਿੰਦਾ ਦੀ ਫਸਟ ਟਾਈਮ ਕੋਲੈਬੋਰੇਸ਼ਨ ਸੀ ਤੇ ਇਸ ਵਿੱਚ ਅਮਰਿੰਦਰ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ ਸਨ ਦੋਸਤੋ ਜੇ ਗੱਲ ਕਰੀਏ ਅਮਰਿੰਦਰ ਦੇ ਐਕਟਿੰਗ ਕਰੀਅਰ ਦੀ ਤਾਂ ਅਮਰਿੰਦਰ ਨੇ ਆਪਣਾ ਐਕਟਿੰਗ ਕਰੀਅਰ ਮਨਮੋਹਨ ਸਿੰਘ ਦੀ ਪੰਜਾਬੀ ਫਿਲਮ ਮੁੰਡੇ UK ਦੇ ਤੋਂ ਸ਼ੁਰੂਆਤ ਕੀਤੀ ਜੋ ਕਿ 2009 ਦੇ ਵਿੱਚ ਰਿਲੀਜ਼ ਹੋਈ ਸੀ ਇਹ ਫਿਲਮ ਬਾਕਸ ਆਫਿਸ ਤੇ ਸੁਪਰ ਹਿੱਟ ਰਹੀ ਦੋਸਤੋ ਇਸ ਤੋਂ ਬਾਅਦ ਅਮਰਿੰਦਰ ਦੀਆਂ ਦੋ ਫਿਲਮਾਂ ਇੱਕ ਕੁੜੀ ਪੰਜਾਬ ਦੀ ਤੇ ਟੌਰ ਮਿੱਤਰਾਂ ਦੀ ਜੋ ਕਿ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਈਆਂ ਦੋਸਤੋ ਇਸ ਤੋਂ ਬਾਅਦ ਅਮਰਿੰਦਰ ਦੀ ਦਿਲਜੀਤ ਨਾਲ ਫਿਲਮ ਸਾਡੀ ਲਵ ਸਟੋਰੀ ਨੂੰ ਛੱਡ ਕੇ ਲਗਭਗ ਸਾਰੀਆਂ ਫਿਲਮਾਂ ਹੀ ਬਾਕਸ ਆਫਿਸ ਤੇ ਹਿੱਟ ਰਹੀਆਂ ਪਰ ਅਮਰਿੰਦਰ ਨੂੰ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਦੀ ਲਿਸਟ ਵਿੱਚ ਆਉਣ ਲਈ ਇੱਕ ਸੁਪਰ ਹਿੱਟ ਫਿਲਮ ਦੀ ਲੋੜ ਸੀ ਦੋਸਤੋ ਇਸ ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ ਗੋਰਿਆਂ ਨੂੰ ਦਫਾ ਕਰੋ ਰਿਲੀਜ਼ ਹੋਈ ਜਿਸ ਨੂੰ ਕਿ ਦਰਸ਼ਕਾਂ ਵੱਲੋਂ ਸੋਹਣੀ ਵਾਹ ਵਾਹ ਮਿਲੀ ਇਹ ਅਮਰਿੰਦਰ ਗਿੱਲ ਦੇ ਪ੍ਰੋਡਕਸ਼ਨ ਹਾਊਸ ਰਿਦਮ ਬੋਇਜ਼ ਦੀ ਪਹਿਲੀ ਫਿਲਮ ਸੀ ਪਰ ਪੰਜਾਬੀ ਇੰਡਸਟਰੀ ਦਾ ਸੁਪਰ ਸਟਾਰ ਬਣਨ ਦਾ ਸੁਪਨਾ ਅਮਰਿੰਦਰ ਲਈ ਅੰਗਰੇਜ਼ ਫਿਲਮ ਨੇ ਪੂਰਾ ਕੀਤਾ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਤੇ ਇੱਕ ਪੀਰੀਅਡ ਫਿਲਮਾਂ ਦੇ ਬਣਨ ਦਾ ਟ੍ਰੈਂਡ ਜਿਹਾ ਸ਼ੁਰੂ ਕਰ ਦਿੱਤਾ ਜੇ ਇਸ ਫਿਲਮ ਨੂੰ ਅਮਰਿੰਦਰ ਦੀ ਹੁਣ ਤੱਕ ਦੀ ਸਭ ਤੋਂ ਸਫਲ ਫਿਲਮ ਕਹਿ ਲਈਏ ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੋਏਗੀ ਬਸ ਫੇਰ ਕੀ ਸੀ ਇਸ ਤੋਂ ਬਾਅਦ ਅਮਰਿੰਦਰ ਗਿੱਲ ਤੇ ਉਹਨਾਂ ਦੀ ਟੀਮ ਨੇ ਸੁਪਰ ਹਿੱਟ ਫਿਲਮਾਂ ਦੀ ਝੜੀ ਲਗਾ ਦਿੱਤੀ ਜਿਵੇਂ ਕਿ ਲਵ ਪੰਜਾਬ ਬੰਬੂ ਘਾਟ ਵੇਖ ਬਰਾਤਾਂ ਚੱਲੀਆਂ ਲਾਹੌਰੀਏ ਗੋਲਕ ਬੁਗਨੀ ਬੈਂਕ ਤੇ ਬਟੂਆ ਤੇ ਅਸ਼ਕੇ ਦੋਸਤੋ ਜੇ ਅਮਰਿੰਦਰ ਗਿੱਲ ਦੀ ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਵੇ ਤਾਂ ਅਮਰਿੰਦਰ ਗਿੱਲ ਕੈਨੇਡਾ ਦੇ ਸਰੀ ਦੇ ਵਸਨੀਕ ਹਨ ਉਹਨਾਂ ਦੀ ਪਤਨੀ ਦਾ ਨਾਮ ਅਵਨੀਤ ਗਿੱਲ ਹੈ ਅਤੇ ਉਹਨਾਂ ਦਾ ਇੱਕ ਬੇਟਾ ਵੀ ਹੈ ਦੋਸਤੋ ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਲਈ ਇੰਨਾ ਹੀ ਦੋਸਤੋ ਧੰਨਵਾਦ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਬਸਕ੍ਰਾਈਬ ਜ਼ਰੂਰ